ਤਬਾਹੀ ਦਾ ਇਹ ਮੰਜ਼ਰ ਜਿਸ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲਿਆ। ਇੱਕ ਦੀ ਦਰਦਨਾਕ ਮੌਤ ਹੋਈ ਹੈ, 5 ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਵੱਡੇ ਵੱਡੇ ਪਹਾੜਾਂ ਤੋਂ ਵੱਡੇ ਵੱਡੇ ਪੱਥਰ ਡਿੱਗ ਰਹੇ ਨੇ, ਜਿਸ ਤੋਂ ਬਾਅਦ ਕਈ ਕਾਰਾਂ ਨੁਕਸਾਨੀਆਂ ਗਈਆਂ ਨੇ, ਇੱਥੋਂ ਤੱਕ ਪਲਟ ਵੀ ਗਈਆਂ ਨੇ। ਤਾਂ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਇਸ ਹਾਦਸੇ ਦੇ ਵਿੱਚ 1 ਦੀ ਮੌਤ ਹੋਈ, 5 ਜ਼ਖਮੀ ਹੋਏ ਨੇ। ਇਹ ਰਸਤਾ ਪੂਰੀ ਤਰ੍ਹਾਂ ਬਲੌਕ ਹੋ ਚੁੱਕਿਆ। ਚਟਾਨ ਥੱਲੇ ਕਈ ਲੋਕ ਦੱਬ ਗਏ ਨੇ ਤੇ ਕਈ ਗੱਡੀਆਂ ਪਲਟ ਗਈਆਂ ਨੇ। ਇਸ ਥਾਂ ਤੇ CDRF, NDRF, 108 ਐਂਬੂਲੈਂਸ, ਆਪਦਾ, QRT ਟੀਮ ਮੌਕੇ ਤੇ ਤੈਨਾਤ ਕੀਤੀ ਗਈ ਹੈ। ਇਹ ਤਸਵੀਰਾਂ ਉੱਤਰਾਖੰਡ ਦੇ ਗੰਗੋਤਰੀ ਰੂਟ ਦੇ ਡਬਰਾਣੀ ਇਲਾਕੇ ਦੀਆਂ ਨੇ। ਪੱਥਰ ਡਿੱਗਣ ਦੇ ਨਾਲ ਨਿੱਜੀ ਬਲੈਰੋ, 1 ਬਾਈਕ, 1 ਟਰੱਕ, JCB ਮਸ਼ੀਨ, 1 ਪਾਣੀ ਵਾਲਾ ਟੈਂਕਰ ਹਾਦਸਾ ਗ੍ਰਸਤ ਹੋ ਗਿਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਲਗਾਤਾਰ ਇਸ ਪਹਾੜ ਤੋਂ ਪੱਥਰ ਡਿੱਗਦੇ ਜਾ ਰਹੇ ਨੇ। ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ। ਦੋਵੇਂ ਪਾਸਿਆਂ ਤੋਂ ਆਵਾਜਾਈ ਰੋਕ ਦਿੱਤੀ ਗਈ ਹੈ ਤਾਂ ਜੋ ਵੱਡਾ ਹਾਦਸਾ ਨਾ ਹੋ ਸਕੇ। ਫਿਲਹਾਲ 1 ਸ਼ਖਸ ਦੀ ਮੌਤ ਹੋਈ ਹੈ, 5 ਜ਼ਖਮੀ ਹੋਏ ਨੇ ਔਰ ਚਲਦੀਆਂ ਕਾਰਾਂ ਤੇ ਇਹ ਵੱਡੇ ਵੱਡੇ ਪੱਥਰ ਨੇ ਜਿਹੜੇ ਇਹ ਡਿੱਗ ਰਹੇ ਨੇ। ਤਾਂ ਦੱਸਦੇ ਕਿ ਇਸ ਥਾਂ ਤੇ ਵੱਖ ਵੱਖ ਟੀਮਾਂ ਨੇ ਜਿਹੜੀਆਂ ਰਾਹਤ ਕਾਰਜਾਂ ਦੇ ਲਈ ਤੈਨਾਤ ਕੀਤੀਆਂ ਗਈਆਂ ਨੇ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਤਾਂ ਪਹਾੜਾਂ ਤੋਂ ਵੱਡੇ ਵੱਡੇ ਪੱਥਰ ਡਿੱਗ ਰਹੇ ਨੇ, ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲਿਆ। 1 ਦੀ ਦਰਦਨਾਕ ਮੌਤ ਹੋਈ ਹੈ, 5 ਲੋਕ ਜ਼ਖਮੀ ਹੋਏ ਨੇ। ਇਹ ਰਸਤਾ ਪੂਰੀ ਤਰ੍ਹਾਂ ਬਲੌਕ ਕੀਤਾ ਗਿਆ। ਚਟਾਨ ਥੱਲੇ ਕਈ ਲੋਕ ਦੱਬ ਚੁੱਕੇ ਨੇ, 1 ਗੱਡੀ ਵੀ ਪਲਟ ਗਈ ਔਰ ਇੱਥੇ 1 ਨਿੱਜੀ ਬਲੈਰੋ, 1 ਬਾਈਕ, 1 ਟਰੱਕ, JCB ਮਸ਼ੀਨ, 1 ਪਾਣੀ ਵਾਲਾ ਟੈਂਕਰ ਬੁਰੀ ਤਰ੍ਹਾਂ ਚਕਨਾ ਚੂਰ ਹੋ ਚੁੱਕਿਆ। ਫਿਲਹਾਲ ਵੱਖ ਵੱਖ ਟੀਮਾਂ ਦੇ ਵੱਲੋਂ ਰਾਹਤ ਕਾਰਜ ਉਲੀਕੇ ਜਾ ਰਹੇ ਨੇ।